ਫਾਜ਼ਿਲਕਾ ਦੇ ਅਰਨੀਵਾਲਾ ਵਿੱਚ ਇੱਕ 28 ਸਾਲ ਦੇ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ। ਮ੍ਰਿਤਕ ਸ਼ਾਦੀਸ਼ੁਦਾ ਸੀ ਅਤੇ 3 ਬੱਚੀਆਂ ਦਾ ਪਿਤਾ ਸੀ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਨਿਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਮ੍ਰਿਤਕ ਪਹਿਲਾਂ ਵੀ ਨਸ਼ਾ ਕਰਦਾ ਰਿਹਾ ਅਤੇ ਕੁਝ ਦਿਨਾਂ ਤੋਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ, ਜਿਸਦੇ ਚਲਦੇ ਉਸਨੇ ਕਿਸੇ ਤੋਂ ਨਸ਼ਾ ਖਰੀਦਿਆ ਅਤੇ ਇੰਜੈਕਸ਼ਨ ਲਗਾਉਂਦੇ ਹੀ ਉਸਦੀ ਮੌਤ ਹੋ ਗਈ। ਉਹਨਾਂ ਇਲਜ਼ਾਮ ਲਗਾਇਆ ਕਿ ਪੁਲਿਸ ਦੀ ਮਿਲੀ ਭਗਤ ਨਾਲ ਇਹ ਕੰਮ ਚੱਲ ਰਿਹਾ ਅਤੇ ਪੁਲਿਸ ਇਸ ਕੰਮ ਲਈ ਨਸ਼ੇ ਦੇ ਸੌਦਾਗਰਾਂ ਤੋਂ ਹਫ਼ਤਾ ਵਸੂਲੀ ਕਰਦੀ ਹੈ। ਪਿੰਡ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਨੇ ਵੀ ਦੋਸ਼ ਲਗਾਇਆ ਕਿ ਨਸ਼ੇ ਦੇ ਸੇਵਨ ਨਾਲ ਕਰੀਬ 10 ਮੌਤਾਂ ਹੋ ਚੁੱਕੀਆਂ, ਪਰ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਟਾਣੀ ਗਿਆ, ਟਾਣੀ ਚੋਂ ਟੀਕਾ ਲਿਆਂਦਾ ਸੀ, ਠੀਕ ਹੈ, ਲਿਆ ਕੇ ਤੇ ਮੈਂ ਗੇੜਾ ਮਾਰ ਕੇ ਆਇਆ ਤਾਂ ਅਗਾਂਹ ਵੇਖਿਆ ਡਿੱਗਿਆ ਪਿਆ। ਇੱਕ ਮੇਰੇ ਨਾਲ ਮੁੰਡਾ ਹੋਰ ਹੈਗਾ, ਇਹਨੂੰ ਉਹਨੇ ਚੱਕਿਆ, ਉਹ ਖੜਾ ਹੈਗਾ, ਮੈਂ ਵਾਜਾਂ ਮਾਰੀਆਂ ਨਾ, ਮੁੰਡਾ ਨਾਲ ਹੈਗਾ ਸੀ, ਇੰਦਰਾ ਹੀ ਉਰੇ ਨੇਰਾ ਇੰਨਾ ਵੇਖਾਉਂ ਦਿਆ ਵੀ ਟੀਕਾ ਹੈਗਾ ਇੱਥੇ ਹੈਗਾ। ਇਸ ਨੇ ਅਸੀਂ ਦੋ ਜਣੇ ਗਏ ਸੀ, ਆਹ ਪੜੋਸੀ ਮੰਗ, ਨਸ਼ਾ ਬੰਦ ਹੋਣਾ ਚਾਹੀਦਾ ਜੀ, ਬੜੇ ਮੌਤਾਂ ਹੋ ਰਹੀਆਂ ਨੇ ਜੀ ਇਸ ਵਿੱਚ। ਕਾਫੀ ਟੀਕੇ ਮਿਲਣਗੇ, ਇੰਨੇ ਕੁ ਚਿੱਟਾ ਵੇਖ ਰਿਹਾ ਥਾਂ ਤੇ, ਇਸ ਥਾਂ ਤੇ ਜਵਾਕ ਵੀ ਟੀਕਾ ਲੈ ਰਿਹਾ, ਉਹਨੂੰ ਵੀ ਨਾ ਨੀ ਕਰ ਦੇਣ ਲਈ। ਸਰਪੰਚ ਅਰਨੀਵਾਲਾ ਜੀ ਮੇਰਾ ਨਾਮ ਜੀ, ਸਾਨੂੰ ਅਸੀਂ 10 ਸਾਲ ਸਰਪੰਚ ਰਹੇ ਜੀ, ਇੱਥੇ ਨਸ਼ਾ ਹੁਣ ਇਸ ਟਾਈਮ 'ਤੇ ਬਹੁਤ ਵਿਕ ਰਿਹਾ। ਅਸੀਂ ਟਾਣੀ ਚੰਡੀਗੜ੍ਹ ਦੇ ਵਿੱਚ, ਇੱਥੇ ਅਫਸਰ ਸਾਹਿਬਾਨ ਵੀ ਆਏ ਸਨ ਅਤੇ ਲੇਕਿਨ ਇੱਕ ਤਾਂ ਬਿਲਕੁਲ ਕੰਟਰੋਲ ਨਹੀਂ ਹੋ ਰਿਹਾ, ਸ਼ਰੇਆਮ ਨਸ਼ਾ ਵਿਕੀ ਜਾਂਦਾ, ਸ਼ਰੇਆਮ ਟੀਕੇ ਲੱਗੀ ਜਾਂਦੇ ਨੇ, ਅਤੇ ਸਾਡੇ ਪਿੰਡ ਘੱਟੋ ਘੱਟ 10 ਮੁੰਡੇ ਮਰ ਚੁੱਕੇ ਨੇ ਇਸ ਨਸ਼ੇ ਦੇ ਕਾਰਨ ਹੀ। ਇੱਕ ਆਪਣੇ ਹੰਸਾ ਸਿੰਘ ਐਮ ਸੀ ਦਾ ਮੁੰਡਾ ਵੀ ਨਸ਼ੇ ਦੇ ਕਾਰਨ ਮਰਿਆ, ਅਤੇ ਕੋਈ ਕਾਨੂੰਨੀ ਕਾਰਵਾਈ ਅਫਸਰ ਕੋਈ ਕਰ ਹੀ ਨਹੀਂ ਰਿਹਾ ਜੀ। ਅੱਜ ਜਿਹੜੀ ਮੌਤ ਹੋਈ ਹੈ, ਹਾਂਜੀ, ਇਹ ਵੀ ਨਸ਼ੇ ਦੇ ਕਾਰਨ ਹੀ ਟੀਕਾ ਲੱਗ ਗਿਆ ਸਾਡੇ ਢਾਣੀ ਚੰਡੀਗੜ੍ਹ ਦੇ ਵਿੱਚ, ਮਤਲਬ ਉਹਨਾਂ ਨੇ ਨਸ਼ਾ ਟੀਕਾ ਲਾਇਆ, ਇੱਥੇ ਹੀ ਉਹਨਾਂ ਨੇ ਇਸਦਾ ਕਾਰਨ ਬਣਿਆ ਜੀ। ਨਹੀਂ ਤਾਂ ਫਿਰ ਪੁਲਿਸ ਕਾਰਵਾਈ ਕਿਉਂ ਨਹੀਂ ਕਰਵਾਈ? ਪੁਲਿਸ ਕਾਰਵਾਈ ਇਹਨੇ ਮਤਲਬ ਅਣਜਾਣ ਬੰਦੇ ਨੇ ਅਤੇ ਡਰ ਕੇ ਤਾਂ ਪਤਾ ਨਹੀਂ ਲੱਗਿਆ ਕਿ ਤੁਹਾਨੂੰ ਫਟਾਫਟ ਆਪਣਾ ਸੰਸਕਾਰ ਕਰਵਾਤਾ, ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਸੀ ਜਿਹੜੀ ਕਿ ਇਹਨਾਂ ਨੇ ਨਹੀਂ ਕਰਵਾਈ। ਉਹ ਡਰਾਉਂਦੇ ਆ ਜੀ, ਇਹਨੇ ਡਰਾਉਂਦੇ ਆ ਅਤੇ ਉਹ ਮਿਲੀ ਭੁਗਤ ਸਾਰੀ ਚਲੀ ਜਾਂਦੀ, ਗੱਲ ਦੇ ਵਿੱਚ ਸਾਹਮਣੇ ਕੋਈ ਨਹੀਂ ਆਉਂਦਾ, ਜਿਹੜਾ ਵੀ ਆਉਂਦਾ ਉਹ ਕਹਿੰਦੇ ਵੀ ਹੋ ਸਕਦਾ ਪੁਲਿਸ ਸਾਡੇ ਖਿਲਾਫ ਨਾ ਹੋ ਜਾਵੇ, ਮਿਲੀ ਭੁਗਤ ਨਾਲ ਕੰਮ ਹੋ ਰਿਹਾ, ਮਹੀਨਾ ਚੱਲ ਰਿਹਾ, ਸ਼ਰੇਆਮ ਚੱਲ ਰਿਹਾ, ਕੋਈ ਇਹਦੇ ਕੋਈ ਡਰ ਕੋਈ ਨਹੀਂ। ਇੱਥੇ ਨਸ਼ਾ ਬਿਲਕੁਲ ਆਮ ਹੈ ਜੀ, ਬਿਲਕੁਲ ਆਮ ਹੈ ਨਸ਼ਾ ਜੀ, ਜਿਹਨੂੰ ਵੀ ਕਿਸੇ ਨੂੰ ਚਾਹੀਦਾ ਚੁੱਪ ਕਰਕੇ ਆਉਂਦਾ ਜੀ, 500-200 ਦਾ ਲੈ ਕੇ ਆਉਂਦਾ ਜੀ, ਇੱਥੇ ਨਸ਼ਾ ਦੇ ਪੈਸੇ ਦਿੰਦਾ, ਟੀਕਾ ਲਾ ਕੇ ਚਲਾ ਜਾਂਦਾ ਜੀ। ਖੁਦ ਮੈਂ ਆਪਦੇ ਅੱਖੀ ਦੇਖਿਆ ਜੀ, ਅੱਜ ਇੱਥੇ ਸੜਕ 'ਤੇ ਮੈਂ ਸੰਸਕਾਰ 'ਤੇ ਗਿਆ, ਹੁਣ ਸਾਡਾ ਕੋਈ ਹੋਇਆ ਸੀ, ਮਰਗ ਹੋਈ ਹੈ, ਸੰਸਕਾਰ 'ਤੇ ਗਏ, ਉੱਥੇ ਰਾਸਤੇ ਵਿੱਚ ਕਮ ਸੇ ਕਮ 20-25 ਪੰਨੇ ਮੈਂ ਖੁਦ ਵੇਖੇ ਇੰਜੈਕਸ਼ਨਾਂ ਦੇ। ਹੁਣ ਪੁੱਛਣ ਵਾਲਾ ਇਹ ਆ ਵੀ ਇੱਥੇ ਇੰਨੇ ਕਿੰਨੇ ਕੁ ਡਾਕਟਰ ਹੈ ਜਾਂ ਇੰਨੇ ਕਿੰਨੇ ਕੁ ਬੰਦੇ ਮਰੀਜ਼ ਹੁੰਦੇ ਵੀ ਜਿਹੜੇ ਹਰ ਰੋਜ਼ ਨਵੇਂ ਤੋਂ ਨਵਾਂ ਪੰਨਾ ਪੈਂਦਾ, ਖੁਦ ਇੰਜੈਕਸ਼ਨ ਮੈਂ ਵੇਖੀ ਹੈ ਜੀ ਅੱਜ ਇੱਥੇ, ਅਤੇ ਅਸੀਂ ਬਹੁਤ ਵਾਰੀ, ਮੈਂ ਉਹਨਾਂ ਨੂੰ ਜਿਹੜੇ ਬੰਦੇ ਪਤਾ, ਮੈਨੂੰ ਸਾਰਿਆਂ ਦਾ ਪਤਾ ਜੀ ਜਿਹੜੇ ਵੇਚਦੇ ਆ, ਮੈਂ ਸਾਰਿਆਂ ਦਾ ਬਹੁਤ ਵਾਰੀ ਉਹਨਾਂ ਨੂੰ ਮਤਲਬ ਕਿ 181 'ਤੇ ਕਾਲ ਕਰਕੇ ਚੁਕਾਇਆ, ਥਾਣੇ ਕੰਪਲੇਂਟ ਕੀਤੀ ਸਾਰਿਆਂ ਨੇ, ਸਾਰੇ ਟਾਣੀ ਵਾਲਿਆਂ ਨੇ ਕੀਤੀ, ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਬਸ ਹੁਣ ਬਸ ਇਹ ਉਮੀਦ ਰੱਖਦੇ ਹਾਂ ਵੀ ਕੱਲ੍ਹ ਅੱਜ ਨੂੰ ਜੇ ਮੀਡੀਆ ਰਾਹੀਂ ਕਿਸੇ ਸਾਰੇ ਲੋਕਾਂ ਤੱਕ ਗੱਲ ਪਹੁੰਚੇ ਅਤੇ ਜੇ ਕੋਈ ਹੱਲ ਹੋ ਸਕੇ ਤਾਂ ਸਾਡਾ ਮਿਹਨਤ ਹੈ ਤੁਹਾਡੇ ਕੇ ਕਰਾ ਦਿਓ। ਅੱਜ ਡੈਥ ਵੈਸੇ ਤਾਂ ਜੀ ਮੁੰਡੇ ਸੁਣਿਆ ਸੀ ਵੀ ਨਸ਼ਾ ਬਹੁਤ ਜ਼ਿਆਦਾ ਕਰਦਾ ਸੀ, ਉਦੋਂ ਬਾਅਦ ਜੀ ਉਹਨਾਂ ਨੇ ਨਸ਼ਾ ਜਿਵੇਂ ਛੱਡਣਾ ਚਾਹੁੰਦੇ ਸੀ ਛੱਡਣਾ ਚਾਹਿਆ, ਰੱਬ ਜਾਣੇ ਹੁਣ ਦੌਰਾ ਪਿਆ ਜਾਂ ਕੀ ਹੋਇਆ ਜੀ, ਅਤੇ ਹੋ ਸਕਦਾ ਜੀ ਅੱਜ ਦਾ ਵੀ ਨਸ਼ਾ ਕਰਿਆ ਹੋਵੇ ਅਤੇ ਮਤਲਬ ਡੈਥ ਹੋਈ ਹੋਵੇ। ਕੀ ਨਾਮ ਸੀ? ਕੌਣ ਸੀ? ਸੁਖਦੇਵ ਸਿੰਘ ਨਾਮ ਸੀ ਜੀ, ਸਨ ਆਫ ਸਤਨਾਮ ਸਿੰਘ। ਇੰਜੈਕਸ਼ਨ ਵਗੈਰਾ ਮਿਲਿਆ ਤਾਂ ਸੀ, ਪਰ ਇੱਥੇ ਇੰਨਾ ਕੁ ਵੀ ਇੱਥੇ ਇੰਜੈਕਸ਼ਨ ਜਿੱਥੇ ਜਾਓਗੇ ਹਰੇਕ ਜਗ੍ਹਾ 'ਤੇ ਇੰਜੈਕਸ਼ਨ ਮਿਲ ਜਾਣਗੇ, ਆਪਾਂ ਨੂੰ ਡਿੱਗੇ ਪਏ ਬਥੇਰੇ ਮਿਲ ਜਾਂਦੇ, ਇੱਥੇ ਵੀ ਲਾਲੀ ਪੂਰੇ ਪਏ ਨੇ, ਉਹ ਵੀ ਮੈਂ ਤੁਹਾਨੂੰ ਕਹੋ ਤਾਂ ਦਿਖਾ ਸਕਦਾ। ਘਰ ਉਹਨਾਂ ਦੇ ਵੀ ਹੁਣ ਜਦੋਂ ਸੁਬਹਾ 8 ਵਜੇ ਦਾ ਟਾਈਮ ਸੀ, ਉਹ ਜਦੋਂ ਗਏ ਜੀ ਘਰੇ ਅਤੇ ਘਰੋਂ ਉਹਨਾਂ ਨੇ ਪਤਾ ਲੱਗਿਆ ਵੀ ਜਦੋਂ ਉਹਨਾਂ ਨੇ ਦੇਖਿਆ ਵੀ ਸਾਡਾ ਮੁੰਡਾ ਬਾਹਰ ਗਿਆ, ਉਹਨਾਂ ਨੂੰ ਲੱਗਿਆ ਸ਼ਾਇਦ ਕਿਤੇ ਬਾਹਰ ਸੁਬਹਾ ਗਿਆ, ਅਤੇ ਉਹਨਾਂ ਨੇ ਜਦੋਂ ਦੇਖਿਆ ਵੀ ਉਹਨਾਂ ਦੇ ਘਰਦਿਆਂ ਨੇ ਫੈਮਿਲੀ ਮੈਂਬਰ ਜਦੋਂ ਗਏ ਬਾਹਰ, ਉਹਨਾਂ ਨੇ ਦੇਖਿਆ ਵੀ ਸਾਡਾ ਮੁੰਡਾ ਉਹਦਾ ਡਿੱਗਿਆ ਪਿਆ ਜੀ, ਜਦੋਂ ਡਿੱਗਿਆ ਪਿਆ ਉਹਨੂੰ ਦੇਖਿਆ, ਉਹਨਾਂ ਨੇ ਦੇਖਿਆ ਵੀ ਕੋਈ ਸ਼ਾਇਦ ਦੌਰਾ ਪਿਆ ਜਾਂ ਕੁਛ ਹੋਇਆ, ਕੁਛ ਨਹੀਂ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਬਸ ਘਬਰਾਹਟ ਨਾਲ ਡਰ ਗਏ ਜੀ, ਉਹਨਾਂ ਨੇ ਬਸ ਵੇਖਿਆ, ਉਹਨਾਂ ਨੇ ਡਾਕਟਰ ਕੋਲ ਹੋਸਪਿਟਲ ਲੈ ਗਿਆ, ਇੱਥੇ ਅਰਨੀ ਵਾਲੇ ਸਾਡੇ ਨੇੜੇ ਹੈਗਾ ਦਸ਼ਮੇਸ਼ ਹੋਸਪਿਟਲ, ਉੱਥੇ ਜਾ ਕੇ ਜਵਾਬ ਦਿੱਤਾ ਵੀ ਹੈ ਨਹੀਂ ਗਾ ਮੁੰਡਾ ਖਤਮ ਹੈ। ਮੰਗ ਬਸ ਸਰ ਇਹੀ ਕਰਦੇ ਹਾਂ ਵੀ ਸਾਡੇ ਅਰਨੀ ਵਾਲੇ ਚੰਡੀਗੜ੍ਹ ਟਾਣੀ ਦਾ ਇੰਨਾ ਕੁ ਜ਼ਿਆਦਾ, ਪਹਿਲਾਂ ਉਹਨਾਂ ਦੇ ਹਸਬੈਂਡ ਵੇਚਦੇ ਸੀ ਚਿਮਨ ਲਾਲ ਜੀ, ਹੁਣ ਉਹ ਆਪ ਤਾਂ ਉਹ ਮਤਲਬ ਕਿ ਚੱਕੇ ਗਏ ਜੀ, ਅਤੇ ਹੁਣ ਉਦੋਂ ਬਾਅਦ ਉਹਨਾਂ ਦੇ ਫੈਮਿਲੀ ਉਹਨਾਂ ਦੀ ਘਰ ਵਾਲੀ ਜੋ ਕਿ ਬਹੁਤ ਜ਼ਿਆਦਾ ਨਜਾਇਜ਼ ਹੀ ਵੇਚ ਰਹੇ ਜੀ, ਸ਼ਰੇਆਮ ਹੀ ਵੇਚ ਰਹੇ ਜੀ, ਮੈਂ ਖੁਦ ਇਸ ਗੱਲ ਦੀ ਮੈਂ
ਕਹਿੰਦਾ ਵੀ ਸਾਰੇ ਮੈਂ ਕਿਸੇ ਡਰਦਾ ਨਹੀਂ, ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਵੇਚਦੇ ਆ ਅਰਨੀ ਵਾਲੇ ਬਥੇਰੇ ਬੰਦੇ, ਜਿੰਨੇ ਕਹੋਗੇ ਉਹਨੇ ਫਸਾ ਦਿੰਦੇ ਆ। ਪਰ ਪੁਲਿਸ ਕੀ ਕਰਦੀ ਆ, ਉਹ ਕਹਿੰਦੀ ਵੀ ਅਸੀਂ ਤਾਂ ਚੱਕਾਂਗੇ, ਸਾਨੂੰ ਬਰਾਮਦ ਕਰਾਓ। ਹੁਣ ਅਸੀਂ ਕਿੱਥੋਂ ਬਰਾਮਦ ਕਰਾ ਦਈਏ ਜੀ ਉਹਨਾਂ ਨੂੰ, ਜਦੋਂ ਸਾਨੂੰ ਪਤਾ ਵੀ ਅੱਜ ਵੀ ਜਾਂ ਕੋਈ ਅਤੇ ਅੱਜ ਤੱਕ ਇਹਨਾਂ ਵੀ ਕੁਛ ਹੁੰਦਾ ਰਿਹਾ ਜੀ, ਨਸ਼ਾ ਸ਼ਰਿਆਮ ਹੀ ਵਿਕਦਾ ਰਿਹਾ ਜੀ, ਸ਼ਰਿਆਮ ਅੱਜ ਤੱਕ ਸ਼ਰਿਆਮ ਵਿਕਦਾ ਰਿਹਾ ਨਸ਼ਾ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਦਵਿੰਦਰਪਾਲ ਸਿੰਘ ਜੀ। ਜੀ ਮੇਰਾ ਬ੍ਰਦਰ ਸੀ ਵੱਡਾ, ਅਤੇ ਸੁਬਾਹ ਗਿਆ 8 ਵਜੇ ਅਤੇ ਉੱਥੇ ਡਿੱਗੀ ਕਰੋ ਗਿਆ, ਚਾਹ ਵੀ ਨਹੀਂ ਪੀਤੀ, ਕੁਛ ਨਹੀਂ ਕੀਤਾ ਇਹਨੇ, ਇਹ ਘਰੋਂ ਚਲਾ ਗਿਆ ਅਤੇ ਇਹਨੂੰ ਨਾ ਟਾਣੀ 'ਤੇ ਚੰਡੀਗੜ੍ਹ 'ਤੇ ਚੇਮਨ ਸਿੰਘ ਉਹਦੀ ਘਰ ਦੀ ਚਿੱਟਾ ਵੇਚਦੀ ਹੈ, ਠੀਕ ਹੈ। ਉਹ ਵੇਚਦੀ ਚਿੱਟਾ ਅਤੇ ਉਹ ਛੋਟੇ ਬੱਚੇ ਨੂੰ ਵੀ ਚਿੱਟਾ ਦੇ ਦਿੰਦੀ, ਕਿਸੇ ਨੂੰ ਵੀ ਕਦੇ ਉਹਨੇ ਰੋਕਿਆ ਨਹੀਂ ਦੇਣ ਲੱਗਿਆ, ਅਤੇ ਇਸ ਕਰਕੇ ਉਹਨੇ ਇਹਨੂੰ ਚਿੱਟਾ ਦਿੱਤਾ। ਇਹ ਲਾਉਂਦਾ ਸੀਗਾ, ਛੱਡ ਗਿਆ ਸੀ ਕਾਫੀ ਟਾਈਮ, ਅਤੇ ਇਹਨੇ ਫਿਰ ਲਿਆ ਅਤੇ ਇਹਦੇ ਕਰਕੇ ਇਹਦੀ ਡੈਥ ਹੋਈ ਹੈ। ਅਤੇ ਸਾਡੀ ਤਾਂ ਇਹ ਅਪੀਲ ਹੈ ਕਿ ਇਹਨੂੰ ਕਾਰਵਾਈ ਕੀਤੀ ਦੇ ਸਭ ਤੋਂ ਸਖ਼ਤ। ਇਹਦੇ ਕੋਲ ਥੱਲੇ ਸਰਿੰਜ ਡਿੱਗੀ ਪਈ ਸੀ ਜਿਸ ਟਾਈਮ ਡਿੱਗਿਆ। ਅਤੇ ਤੁਸੀਂ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ? ਨਹੀਂ ਅਸੀਂ ਨਹੀਂ ਦਿੱਤੀ, ਅਸੀਂ ਕਿਉਂਕਿ ਪੋਸਟਮਾਰਟਮ ਦਾ ਇਸ ਤਰ੍ਹਾਂ ਦਿੱਤੀ। ਅਸੀਂ ਇਹ ਕਾਰਵਾਈ ਚਾਹੁੰਦੇ ਹਾਂ ਕਿ ਨਸ਼ਾ ਬੰਦ ਹੋਵੇ, ਬਸ ਹੋਰ ਕੁਛ ਨਹੀਂ ਚਾਹੁੰਦੇ। ਅਤੇ ਟਾਣੀ ਤਾਂ ਚਮਨ ਸਿੰਘ ਵੇਲਾ ਉਹਦੀ ਕਰਦੀ ਹੋਈ ਹੈ, ਵੀ ਇੱਥੇ ਤੱਕ ਕਿ ਪੁਲਿਸ ਵਾਲੇ ਵੀ ਆਉਂਦੇ ਨੇ, ਠੀਕ ਹੈ, ਪੁਲਿਸ ਵਾਲੇ ਵੀ ਸਾਰੇ ਆਉਂਦੇ ਆ ਇੱਥੇ, ਸਭ ਲਾਉਂਦਾ ਲੰਡੀ ਬੁੱਚੀ ਸਾਰਾ ਨਸ਼ਾ ਕਰਦੀ ਹੈ। ਹਾਂ, ਹਫ਼ਤਾ ਚੱਲਦਾ, ਮਹੀਨਾ ਚੱਲਦਾ ਪਿਆ, ਇੱਥੇ ਡਰੱਗਸ ਹੋਈ ਹੈ, ਪਾਊਡਰ ਚਿੱਟਾ। ਹੋਰ ਵੀ ਇੱਥੇ ਕੋਈ ਨੌਜਵਾਨ ਲਾ ਕੇ ਪਹਿਲਾਂ ਕਿਸੇ ਦੀ ਮੌਤ ਮੂਤ ਹੋਈ ਹੈ? ਹਾਂ, 2-3 ਤਿੰਨ ਹੋਈਆਂ, ਇੱਕ ਅਰਨੀ ਵਾਲੀ ਹੋਈ ਹੈ ਅਤੇ 2 ਅਰਨੀ ਵਾਲੀ ਹੋਈਆਂ ਨੇ, ਇੱਕ ਟਾਣੀ ਤੋਂ ਹੋਣਾ ਚਾਹੀਦਾ। ਬ੍ਰਦਰ ਸੀ ਮੇਰਾ ਜਿਹੜਾ, ਜਿਹਦੀ ਮੌਤ ਬਸ 21 ਸਾਲ ਉਮਰ ਸੀ, ਸੁਖਦੀਪ ਸਿੰਘ ਉਹਦਾ ਨਾਂ ਸੀਗਾ। ਇਸ ਮਾਮਲੇ ਬਾਰੇ ਥਾਣਾ ਅਰਨੀਵਾਲਾ ਦੇ SHO ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਇਸ ਦੀ ਸੂਚਨਾ ਨਹੀਂ ਮਿਲੀ, ਲੋਕ ਜੇਕਰ ਸਾਨੂੰ ਦੱਸਣਗੇ ਨਹੀਂ ਤਾਂ ਅਸੀਂ ਕਾਰਵਾਈ ਕਿਵੇਂ ਕਰਾਂਗੇ। ਉਹਨਾਂ ਕਿਹਾ ਕਿ ਜਦੋਂ ਸਾਨੂੰ ਕੰਪਲੇਂਟ ਮਿਲੇਗੀ ਤਾਂ ਕਾਰਵਾਈ ਕੀਤੀ ਜਾਏਗੀ। ਜੋ ਵੀ ਜੋ ਸਾਨੂੰ ਪਰਮਿਸ਼ਨ ਦਿੱਤੀ ਉਹਦੇ ਮੁਤਾਬਕ ਕਾਰਵਾਈ ਕਰਦੇ ਹਾਂ। ਅੱਜ ਕੱਲ੍ਹ ਲੋਕ ਦੱਸਣ ਨੂੰ ਤਿਆਰ ਨਹੀਂ, ਚੀਜ਼ ਇਹੋ ਜਿਹੀ ਹੈ ਵੀ ਇਹਦੇ ਬਾਰੇ ਕੋਈ ਮਹਿੰਗੀ ਚੀਜ਼ ਜਾਂ ਕੋਈ ਨਾ ਤਾਂ ਕੋਈ ਇਨਫੋਰਮੇਸ਼ਨ ਦਿੰਦਾ, ਜੋ ਕੋਈ ਦਿੰਦਾ ਤਾਂ ਇਹ ਕਾਰਵਾਈ ਕਰਦੇ। ਮੇਰੇ ਕੋਲ ਤੋਂ ਕੋਈ ਇਨਫੋਰਮੇਸ਼ਨ ਨਹੀਂ ਹੈਗੀ, ਅੱਜ ਕੋਈ ਡੈਥ ਹੋਈ ਹੋਵੇ, ਜੇ ਕੋਈ ਇਨਫੋਰਮੇਸ਼ਨ ਆਉਂਦੀ ਤਾਂ ਮੈਂ ਜ਼ਰੂਰ ਕਾਰਵਾਈ ਕਰਦਾ। ਮੇਰੇ ਕੋਲ ਇਨਫੋਰਮੇਸ਼ਨ ਤਾਂ ਕੋਈ ਨਹੀਂ, ਬਾਕੀ ਮੈਂ ਜਿੰਨੀ ਕੋਸ਼ਿਸ਼ ਹੁੰਦੀ ਹੈ ਕਰ ਰਿਹਾ। ਮੈਂ ਤਕਰੀਬ ਮੈਨੂੰ ਡੇਢ ਦੋ ਮਹੀਨੇ ਹੋ ਗਿਆ ਆਇਆ ਨੂੰ, ਅਤੇ ਮੈਂ ਕੋਈ ਇਨਫੋਰਮੇਸ਼ਨ ਮਿਲੀ ਨਹੀਂ ਚੰਡੀਗੜ੍ਹ ਢਾਣੀ ਬਾਰੇ, ਜੇ ਕੋਈ ਮਿਲੇ ਤਾਂ ਮੈਂ ਜ਼ਰੂਰ ਰੇਡ ਕਰਦਾ। ਬਾਕੀ ਇਸ ਬਾਰੇ ਤਾਂ ਮੈਂ ਸੁਣਨ 'ਚ ਮੇਰੀ ਨਹੀਂ ਆਈ ਕਿ ਪੁਲਿਸ ਰੋਕ ਲੱਗ ਰਿਹਾ ਜਾਂ ਕੋਈ ਪੁਲਿਸ ਕਿਸੇ ਨਾਲ ਮਿਲੀ ਹੋਈ ਹੈ। ਮੈਂ ਤਾਂ ਜਿੰਨੇ ਵੀ ਹੋ ਸਕਿਆ ਵੱਧ ਤੋਂ ਵੱਧ, ਪਿਛਲੇ ਵਾਰੀ ਮੈਂ 1,900 ਦੀ ਗੋਲੀ ਫੜੀ ਹੈ, ਕਾਫੀ ਪੁਲਿਸ ਵੀ ਫੜਿਆ, ਹੀਰੋ ਨੂੰ ਫੜੀ ਹੈ, ਅਤੇ ਜਿੱਥੇ ਵੀ ਇਨਫੋਰਮੇਸ਼ਨ ਮਿਲਦੀ ਮੈਂ ਜਾ ਕੇ ਕਾਰਵਾਈ ਕਰਦਾ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ATV ਨਿਊਜ਼।